ਕੋ ਕਰੀਆ ਦੀ ਉਹ ਬੀਤੇ ਆ ਵੇਲਾ ਜੋ ਲਵ ਚੰਨਣ ਕੇ ਅਸੂਲੀ ਟੰਗ ਜਾਂਦਾ ਹੁਣ ਨਿੱਕੇ ਹੁੰਦਿਆਂ ਐਤਵਾਰ ਦਾ ਚਾਹ ਜਾਂ ਹੁੰਦਾ ਸੀ ਉਹ ਹੁਣ ਐਤਵਾਰ ਵੀ ਫਿਕਰਾਂ ਦੇ ਵਿੱਚ ਲੰਘ ਜਾਂਦਾ ਮਣੀ ਸੁੰਦੇ ਕਿਨੂੰ ਸਭ ਤੋਂ ਵੱਧ ਆ। ਇੱਥੇ ਮਤਲਬ ਕਿ ਕੰਮ ਕਰਨਾ ਚੱਲੇ ਕੋਈ ਤੇ ਫਿਰ ਇਦਾਂ ਹੀ ਮਸਤੀ ਨਾਲ ਚਲ ਜਾਈਦਾ ਦਿਹਾੜੀ। ਕਹਿੰਦੇ ਨੇ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖ। ਲੋਕਾਂ ਤੇ ਨਹੀਂ ਵਹਿਗਰੂ ਤੇ ਆਸ। ਸਸਸੀ ਗਾਲ ਜੀ ਸਵਾਗਤ ਹੈ ਸਾਰਿਆਂ ਦਾ। ਮੈਂ ਥੋੜਾ ਕੁਝ ਇਸ ਨਾਲ। ਦੋਸਤੋ ਹਮੇਸ਼ਾ ਕੋਸ਼ਿਸ਼ ਹੁੰਦੀ ਥੋੜੇ ਨਾਲ ਕੁਝ ਅਜਿਹਾ ਤੇਰੇ ਥੋੜੇ ਰੂਪ ਨੂੰ ਪੇਸ਼ ਕੀਤੇ ਜਾਂ ਜਿਨ੍ਹਾਂ ਦੇ ਅੰਦਰ ਕੋਈ ਹੁਨਰ ਹੈ, ਕਲਾ ਹੈ। ਔਰ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਸੋ ਅੱਜ ਅਸੀਂ ਚੂਸਲੇਵਾੜ ਏਰੀਆ ਦੇ ਵਿੱਚ ਆ ਤਰਨਤਨ ਜਿਹੜਾ ਸਾਡੇ ਨਾਲ ਇੱਕ ਨੌਜਵਾਨ ਹੈ ਉਹਦੀ ਆਵਾਜ਼ ਮੈਂ ਕਹਿੰਨਾ ਕਮਾਲ ਦੀ ਹੈ। ਤਾਂ ਕੀਤਾ ਮੁੰਡਾ ਜਿਹੜਾ ਉਹ ਪੱਠੇ ਤੇ ਇੱਟਾਂ ਪਾਉਣ ਦਾ ਕੰਮ ਕਰਦਾ ਹੈ ਤਾਂ ਸਿਆਣਿਆਂ ਦੀ ਕਹਾਵਤ ਹੈਗੀ ਆ ਕਿ ਹਮੇਸ਼ਾ ਕਹਿੰਦੇ ਨੇ ਜਿਹੜਾ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਹੀ ਉੱਗਦਾ। ਉਹ ਵਜ੍ਹਾ ਆਈ ਉਸ ਨੌਜਵਾਨ ਦੇ ਨਾਲ ਹੈ ਹੁਨਰ ਔਰ ਹੁਸਨ ਦੋਨੋਂ ਚੀਜ਼ਾਂ ਹੀ ਰੱਬ ਨੇ ਬਹੁਤ ਜ਼ਿਆਦੀਆਂ ਦਿੱਤੀਆਂ ਨੇ ਪਰ ਜਿਹੜਾ ਗਰੀਬੀ ਦੇ ਵਿੱਚ ਉਹਨੂੰ ਜਿਹੜਾ ਉਹਦਾ ਜਨਮ ਤੋ ਗੱਲਬਾਤ ਕਰਦੇ ਆ ਮਣੀ ਦੇ ਨਾਲ ਮਣੀ ਵੀਰੇ ਬਹੁਤ ਬਹੁਤ ਸਵਾਗਤ ਕਰਦਾ ਨਾ ਫਿਰ ਠੈਂਕ ਯੂ ਜੀ ਸਭ ਤੋਂ ਪਹਿਲਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਜੀ ਹੁਣਾਂ ਦਾ ਜੋ ਕਿ ਮੇਰੀ ਇਸ ਸਿਚੁਏਸ਼ਨ ਵਿੱਚ ਸਾਰਿਆਂ ਸਾਹਮਣੇ ਮੈਨੂੰ মিডিਆ ਦੇ ਅੱਗੇ ਮੇਰੀ ਸਚਾਈ ਤੇ ਮੇਰਾ ਹੁਨਰ ਪੇਸ਼ ਕਰਨ ਕਰਵਾ ਰਿਹਾ ਹੈ ਹੂੰ ਸੋ ਬਿਲਕੁਲ ਜੀ ਮੈਂ ਪਹਿਲਾਂ ਕਹਿ ਦਵਾਂ ਕਿ ਬਈ ਯਾਰ ਜਰੂਰ ਥੋੜਾ ਨਰਵਸ ਜਰੂਰ ਆ ਕਿਉਂਕਿ ਪਹਿਲੀ ਵਾਰ ਆ ਸੋ ਕੰਮ ਜਿਹੜਾ ਕੀਤਾ ਉਹ ਬਈ ਪੱਠੇ ਤੇ ਇੱਟਾ ਪਾਉਣ ਦਾ ਕਰਦਾ ਸੋ ਮਣੀ ਵੀਰੇ ਤੁਹਾਡਾ ਪੂਰਾ ਨਾਮ ਕੀ ਆ ਹਾਂਜੀ ਮੇਰਾ ਨਾਮ ਜੀ ਤਰਲੋਕ ਆ ਜੀ ਪੂਰਾ ਨਾਮ ਤਰਲੋਕ ਤਰਲੋਕ ਤੋਂ ਮਣੀ ਕਿਵੇਂ ਹੋਇਆ ਤਰਲੋਕ ਤੂੰ ਇਦਾਂ ਹੀ ਜੀ ਜਦਾਂ ਮਤਲਬ ਕੀ ਗਾਉਂਦੇ ਰਹੇ ਤੇ ਇਦਾਂ ਯਾਰਾਂ ਦੋਸਤਾਂ ਨੇ ਕਿਹਾ ਕਿ ਥੋੜਾ ਨਾਮ ਚੇਂਜ ਕਰਨਾ ਚਾਹੀਦਾ ਹੂੰ ਜੋ ਅੱਜਕੱਲ੍ਹ ਦੇ ਮਾਹੌਲ ਦੇ ਵਿੱਚ ਚੱਲਦਾ ਹੈ ਥੋੜਾ ਚੇਂਜ ਕਰਨਾ ਚਾਹੀਦਾ ਹੈ ਇਸ ਕਰਕੇ ਮਣੀ ਰਹਾ ਅੱਛਾ ਮਣੀ ਪਹਿਲਾਂ ਹੋ ਕਰੀਆ ਦੀ ਉਹ ਬੀਤੇ ਆ ਵੇਲਾ ਜੋ ਲਵ ਚੰਨਣ ਕੇ ਅਸੂਲੀ ਟੰਗ ਜਾਂਦਾ ਹੋ ਨਿੱਕੇ ਹੁੰਦਿਆਂ ਐਤਵਾਰ ਦਾ ਚਾਜਾ ਹੁੰਦਾ ਸੀ ਓ ਹੁਣ ਐਤਵਾਰ ਵੀ ਫਿਕਰਾਂ ਦੇ ਵਿੱਚ ਲੰਘ ਜਾਂਦਾ ਹੋ ਨਿੱਕੇ ਹੁੰਦਿਆਂ ਐਤਵਾਰ ਦਾ ਚਾਜਾ ਹੁੰਦਾ ਸੀ ਓ ਹੁਣ ਐਤਵਾਰ ਵੀ ਫਿਕਰਾਂ ਦੇ ਵਿੱਚ ਲੰਘ ਜਾਂਦਾ ਕਾ ਬਾਤ ਜੀ ਮੈਂ ਕਹਿੰਨ ਹੁਣ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਮੁੰਡੇ ਦਾ ਗਾਣਾ ਕਿਵੇਂ ਦਾ ਸੀ ਸੋ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਅੱਛਾ ਮਨੀਵੀਰੇ ਘਰ ਦੇ ਹਾਲਾਤ ਕਿਵੇਂ ਨੇ ਘਰ ਦੇ ਵਿੱਚ ਕੌਣ-ਕੌਣ ਹੈ ਘਰ ਦੇ ਵਿੱਚ ਜੀ ਮੇਰੇ ਮੰਮੀ ਮੇਰੇ ਪਾਪਾ ਹਮ ਤੇ ਮੇਰੀ ਇੱਕ ਸਿਸਟਰ ਹੈ ਮੇਰੇ ਤੋਂ ਛੋਟੀ ਹਮ ਤੇ ਇੱਕ ਮੇਰੇ ਛੋਟੇ ਬ੍ਰਦਰ ਆ ਹਮ ਹਾਂਜੀ ਅੱਛਾ ਫਾਦਰ ਸਾਹਿਬ ਦਾ ਔਰ ਤੁਹਾਡਾ ਡ੍ਰੀਮ ਕੀ ਸੀ ਮੇਰਾ ਡ੍ਰੀਮ ਵੀ ਇੱਕਦਮ ਮਤਲਬ ਕਿ ਸਿੰਗਰ ਬੰਦਾ ਸੀ ਹਮ ਤੇ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਸੀ ਕਿ ਮੇਰਾ ਬੇਟਾ ਸਿੰਗਰ ਹੀ ਬਣੇ ਹਮ ਤੇ ਮੈਂ ਉਹਨਾਂ ਦੀ ਇਹ ਇੱਛਾ ਪੂਰੀ ਕਰਨਾ ਚਾਹਣਾ ਹਮ ਕਿ ਮੈਂ ਸਿੰਗਰ ਬਣਾ ਅੱਛਾ ਕਹਿੰਦੇ ਨੇ ਤੁਹਾਡੇ ਫਾਦਰ ਸਾਹਿਬ ਦੇ ਤੁਸੀਂ ਦੋ ਭਰਾ ਹੋ ਇੱਕ ਕਹਿੰਦੇ ਸੀ ਪੁਲਿਸ ਵਾਲਾ ਬਣੂਗਾ ਤੇ ਇੱਕ ਸਿੰਗਰ ਬਣੂਗਾ ਹਾਂਜੀ ਅੱਛਾ ਫਿਰ ਪੁਲਿਸ ਵਾਲਾ ਕਿੱਥੋਂ ਕਿ ਤੱਕ ਪਹੁੰਚਿਆ ਪੁਲਿਸ ਵਾਲਾ ਦਾ ਲਈ ਏਡਾ ਕੀ ਆਈ ਛੋਟਾ ਹੀ ਆ ਤੇ ਮਤਲਬ ਸਿੰਗਰ ਪਹਿਲਾ ਬਣ ਜੂਗਾ ਹਾਂਜੀ ਹਾਂਜੀ ਸਿਰ ਰੱਬ ਤੇ ਭਰੋਸਾ ਹੀ ਆਈ ਅੱਛਾ ਤੁਸੀਂ ਕਿਸੇ ਨੂੰ ਵੇਖ ਕੇ ਗਾਉਣਾ ਸਿੱਖਿਆ ਜਾਂ ਕਿਵੇਂ ਗਾਇਕੀ ਕਿਵੇਂ ਆਈ ਗਾਇਕੀ ਸਕੂਲ ਤੋਂ ਜਿੱਦਾਂ ਕਿ ਕੰਪੀਟੀਸ਼ਨ ਹੀ ਕੋਈ ਤੇ ਹਰ ਕੋਈ ਉਹਦੇ ਵਿੱਚ ਪਾਰਟਿਸਪੇਟ ਕਰ ਰਿਹਾ ਸੀ ਹਮ ਕਿ ਕੋਈ ਡਾਂਸ ਦਿਆ ਜਾਂ ਕਿਦਾਂ ਤੇ ਮੈਨੂੰ ਵੀ ਲੱਗਾ ਕਿ ਮੈਨੂੰ ਕਰਨਾ ਚਾਹੀਦਾ ਕੁਝ ਤੇ ਮੈਨੂੰ ਡਾਂਸ ਨੂੰ ਸਤਾਉਂਦਾ ਨਹੀਂ ਸੀ ਤੇ ਮੈਂ ਮੈਂ ਸੋਚਿਆ ਕਿ ਚਲੋ ਗਾ ਕੇ ਦੇਖਦੇ ਹਾਂ ਮੇਰੇ ਚਾਚਾ ਜੀ ਉੱਥੇ ਕੰਮ ਕਰਦੇ ਸੀ ਮਤਲਬ ਕਿ ਜਿੱਦਾਂ ਕਿ ਸਫਾਈ ਕਰਦੇ ਸੀ ਗਰਾਊਂਡ ਦੀ ਤੇ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਚਾਚਾ ਜੀ ਮੈਂ ਇਦਾਂ ਗਾਣਾ ਗਾਉਣਾ ਚਾਹੁੰਦਾ ਵਾਂ ਤੇ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਮਤਲਬ ਕਿ ਮੋਬਾਈਲ ਤੋਂ ਸੁਣ ਕੇ ਗਾਣਾ ਲੈ ਕੇ ਦਿੱਤਾ ਫਸਟ ਟਾਈਮ ਜਿਹੜਾ ਮੈਂ ਗਾਇਆ ਮਾਂ ਸੌਂਗਾ ਹੈ ਭਾਈ ਤੇ ਉਹ ਗਾਇਆ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਮਤਲਬ ਕਿ ਆਵਾਜ਼ ਸਹੀ ਲੱਗੀ ਤੇ ਉਸ ਤੋਂ ਬਾਅਦ ਮੇਰਾ ਮਤਲਬ ਇਹ ਛੌਂਕ ਮਤਲਬ ਗਾਣਾ ਕਿਹੜਾ ਸੀ ਸਭ ਤੋਂ ਪਹਿਲਾ ਜਿਹੜਾ ਗਾਇਆ ਸੀ ਲੱਖੋਂ ਮਨੇ ਚਾਚੀਆਂ ਤਾਈਆਂ ਮਾਵਾ ਹਾਏ ਹਵੇ ਕਰ ਸਮੋ ਯਾਰ ਹਾਂਜੀ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜੇ ਤਾਂ ਠੰਡੀਆਂ ਸ਼ਾਵਾਂ ਨੂੰ ਕੌਣ ਪੁੱਛੇ ਹਵਾ ਵਿੱਚ ਹੀ ਜੇ ਉੱਡ ਕੇ ਜਾ ਹੋਵੇ ਤਾਂ ਬਣੀਆਂ ਰਾਵਾਂ ਨੂੰ ਕੌਣ ਪੁੱਛੇ ਜੇ ਚਿੜੀਆਂ ਦੇਣ ਸੁਨੇਹੇ ਤਾਂ ਕਾਵਾਂ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਮਾ ਤਾਮਾਵਾਂ ਨੂੰ ਕੌਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰੋਂ ਚੂਰ ਹੋਈ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰੋਂ ਚੂਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮਾਂ ਵਰਗਾ ਏ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਲੱਖ ਹੋਮਣ ਚਾਚੀ ਯਾ ਤਾਈਆਂ ਮਾ ਮਾ ਮਾਵਾ ਹੁੰਦੀਆਂ ਨੇ ਲੱਖ ਹੋ ਬਣ ਚਾਚੀਆਂ ਤਾਈਆਂ ਮਾ ਮਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਕੀ ਬਾਤ ਹੈ ਅੱਛਾ ਮਣੀ ਫਿਰ ਪਹਿਲਾ ਗਾਣਾ ਤੁਸੀਂ ਇਹ ਗਾਇਆ ਸੀ ਹਾਂਜੀ ਤੇ ਇਹ ਗਾਣਾ ਚਾਚੇ ਨੇ ਕਿਹਾ ਸੀ ਵੀ ਗਾਉਣ ਨੂੰ ਹਾਂਜੀ ਹਾਂਜੀ ਉਹਨਾਂ ਨੇ ਲਿਖ ਕੇ ਮਤਲਬ ਕੀ ਉਹਨਾਂ ਕੋਲ ਮੋਬਾਈਲ ਸੀ ਤੇ ਉਹ ਉਹ ਵੀ ਮਤਲਬ ਕਿ ਥੋੜਾ ਬਤਾ ਇਦਾਂ ਗਾਉਣ ਦਾ ਸ਼ੌਂਕ ਰੱਖਦੇ ਹੁੰਦੇ ਸੀ ਤੇ ਉਹ ਵੀ ਇਹ ਗਾਉਂਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਂ ਮਦਲ ਚਾਚਾ ਜੀ ਪਾਰਟਿਸਪੇਟ ਕਰਨਾ ਚਾਹੁੰਨਾ ਮੈਂ ਵੀ ਸਕੂਲ ਦੇ ਵਿੱਚ ਤੇ ਉਹਨਾਂ ਨੇ ਇਹ ਗਾਣਾ ਲਿਖ ਕੇ ਦਿੱਤਾ ਮੈਨੂੰ ਤੇ ਮੈਂ ਇਹ ਸੁਨਾਇਆ ਤੇ ਸਭ ਮਣੀ ਕਿੰਨਾ ਪੜੇ ਕਿੰਨਾ ਤੁਸੀਂ ਮੈਂ ਜੀ ਪਲੱਸ 2 ਕੀਤੀ ਉਸ ਤੋਂ ਬਾਅਦ ਅੱਗੇ ਉਸ ਤੋਂ ਬਾਅਦ ਅੱਗੇ ਜੀ ਇਦਾਂ ਹੀ ਆ ਕ੍ਰੀਜ਼ਨ ਕਿਰਿਆ ਰੀਜ਼ਨ ਇਹੋ ਜੀ ਕਰਦੀ ਗਰੀਬੀ ਫਲ ਸਾਹਿਬ ਤੁਹਾਡੇ ਪੱਠੇ ਦੇ ਕੰਮ ਕਰਦੇ ਹਾਂਜੀ ਹਾਂਜੀ ਅੱਛਾ ਫਿਰ ਉਤੋਂ ਪੱਠੇ ਤੋਂ ਤੁਹਾਨੂੰ ਫਾਦਰ ਸਾਹਿਬ ਨੇ ਪੜ੍ਹਾਇ ਲਿਖਾਇਆ ਹਾਂਜੀ ਹਾਂਜੀ ਪੱਠੇ ਤੋਂ ਸਾਰੇ ਤੋਂ ਵੱਡੇ ਤੁਸੀਂ ਹਾਂਜੀ ਤੇ ਬਾਕੀ ਇੱਕ ਇੱਕ ਛੋਟਾ ਭਰਾ ਤੇ ਭੈਣਾਂ ਨੇ ਹਾਂਜੀ ਸਹੀ ਹੈ ਤਾਂ ਉਹ ਵੀ ਪੜਦੇ ਸਕੂਲੇ ਕੇ ਜਾਂ ਹਾਂਜੀ ਹਾਂਜੀ ਪੜਦੇ ਹੀ ਉਹ ਅੱਛਾ ਤੇ ਮਣੀ ਜਿਵੇਂ ਹੁਣ ਤੁਸੀਂ ਗਾਇਕੀ ਵਾਲੇ ਪਾਸੇ ਆ ਗਏ ਤਾਂ ਇਸ ਸਮੇਂ ਜੇ ਦੇਖਿਆ ਜਾਵੇ ਤਾਂ ਫਿਊਚਰ ਥੋੜਾ ਜਿਹਾ ਔਖਾ ਨਹੀਂ ਲੱਗਦਾ ਵੀ ਅੱਜ ਕੱਲ ਜਿੰਨਾ ਕੰਪੀਟੀਸ਼ਨ ਹੋਇਆ ਪਿਆ ਗਾਇਕੀ ਵਾਲੇ ਪਾਸੇ ਹਾਂਜੀ ਹਾਂਜੀ ਬਾਕੀ ਇਹ ਸੋਚੀਦਾ ਕਿ ਜੇ ਅਗਰ ਆਪਾਂ ਮਿਹਨਤ ਕਰਦੇ ਰਹੀਏ ਤੇ ਕਿਸੇ ਦਿਨ ਮੁੱਲ ਜ਼ਰੂਰ ਪਊਗਾ ਹੂੰ ਤੇ ਉਸੇ ਭਰੋਸੇ ਤੇ ਆ ਰਹੇ ਹਾਂ ਹੂੰ ਤਾਂ ਕਿਤੇ ਡਰ ਨਹੀਂ ਲੱਗਦਾ ਜਿੱਦਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਵੀ ਲੈ ਵੀ ਕਲਾਕਾਰਾਂ ਨੂੰ ਐ ਗੋਲੀ ਮਾਰ ਦਿੰਦੇ ਨੇ ਜਾਂ ਐ ਹੋ ਜਾਂਦਾ ਜੀ ਇਦਾਂ ਕਹੋਂਦੇ ਨੇ ਨਹੀਂ ਨਹੀਂ ਜੀ ਇਦਾਂ ਦਾ ਤੇ ਹੂੰ ਸੋਚਾਂਗੇ ਵੀ ਅੱਬਾ ਮਾੜਾ ਕੁਝ ਗਾਈ ਹੀ ਨਾ ਹੂੰ ਹਾਂਜੀ ਅੱਛਾ ਮਣੀ ਫਿਰ ਇੱਥੇ ਜੇ ਹੁਣ ਤੁਸੀਂ ਕੰਮ ਕਰਦੇ ਹੋ ਤਾਂ ਨਾਲ ਨਾਲ ਸਿੱਖ ਦੇ ਵੀਓ ਕਿ ਤੂੰ ਹਾਂਜੀ ਹਾਂਜੀ ਸਿੱਖਦਾ ਜੀ ਮੈਂ ਅੰਮਦਲਕੀ ਜੇ ਟਾਈਮ ਲੱਗੇ ਤੇ ਫਿਰ ਚੱਲ ਜਾਣਾ ਨਹੀਂ ਤੇ ਫਿਰ ਮੈਂ ਕਰ ਹੀ ਆਪਣਾ ਸਿੱਖਦਾ ਅੱਛਾ ਕਰ ਹੀ ਰਿਆਜ਼ ਕਰ ਹਾਂਜੀ ਹਾਂਜੀ ਫਿਰ ਇਹ ਕਿੰਨਾ ਕੁ ਗੁਜ਼ਾਰਾ ਹੋ ਜਾਂਦਾ ਘਰ ਦਾ ਖਰਚ ਸਰਕਲ ਕਿਵੇਂ ਜਾਂਦਾ ਘਰ ਦਾ ਸਰਕਲ ਜੀ ਇਦਾਂ ਹੀ ਬਸ ਰੋਟੀ ਪਾਣੀ ਚੱਲੀ ਜਾਂਦਾ ਹਾਂਜੀ ਅੱਛਾ ਫੇ ਮਣੀ ਇੱਕ ਕਦਾ ਗਾਣਾ ਸਾਨੂੰ ਪਿਆ ਹੋਰ ਸੁਣਾਓ ਯਾਰ ਠੀਕ ਹੈ ਇਹ ਤੂੰ ਸਜਣਾ ਰੱਬ ਦੇ ਨ ਵਰਗਾ ਤੇ ਆਉਂਦੇ ਜਾਂਦੇ ਸੋ ਵਰਗਾ ਤੂੰ ਸਜਣਾ ਰੱਬ ਦੇ ਨਾ ਵਰਗਾ ਤੇ ਆਉਂਦੇ ਜਾਂਦੇ ਸ ਵਰਗਾ ਤੈਨੂੰ ਕੌਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਹਾਏ ਤੇਰੇ ਬਿਨ ਮਰਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ ਰੇ ਬਿਨ ਜੀ ਨਹੀਂ ਸਕਦੇ ਕੀ ਬਾਤ ਹਾਏ ਕੱਲੇ ਕਰਿਆ ਸਜਣਾ ਕੋਈ ਗਾਲੇ ਨਾਲ ਲਾਉਂਦਾ ਨਹੀਂ ਸੋਹ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵੰਡਾਉਂਦਾ ਨਹੀਂ ਹਾਏ ਕੱਲੇ ਕਰੀਆਂ ਸੱਜਣਾ ਕੋਈ ਕਾਲ ਨਾਲ ਲਾਉਂਦਾ ਨਹੀਂ ਸੋ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵੰਡਾਉਂਦਾ ਨਹੀਂ ਅਸੀਂ ਤੇਰੇ ਬਜੂ ਦਿਲ ਦੇ ਜ਼ਖਮਾਂ ਨੂੰ ਅਸੀਤੇਰੇ ਬਜੂ ਦਿਲ ਦੇ ਜ਼ਖਮਾਂ ਨੂੰ ਕੱਲੇ ਸੀ ਨਹੀਂ ਸਕਦੇ ਹਾਏ ਤੇਰੇ ਬਿਨ ਮਰਤਾ ਸਕਦਿਆਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾں ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਓ ਮਣੀ ਸੁਣਦੇ ਕੇ ਨੂੰ ਸਭ ਤੋਂ ਵੱਧ ਜਾ ਮੈਂ ਜੀ 우ਸਤਾਦ ਖਾਨ ਸਾਹਿਬ ਜੀ ਨੂੰ ਹਾਂਜੀ ਅੱਛਾ ਯਾਰ ਤੁਸੀਂ ਇੱਥੇ ਜਦੋਂ ਇੱਟਾਂ ਪਾਉਂਦੇ ਹੋਗੇ ਤਾਂ ਫਿਰ ਜਿਹੜਾ ਬੰਦਾ ਗਾਉਣਾ ਆ ਜਾਂ ਜਿਹਨੂੰ ਗਾਉਣ ਦਾ ਸ਼ੌਕ ਹੋਵੇ ਉਹ ਤਾਂ ਚੁੱਪ ਨਹੀਂ ਕਰਦਾ ਫਿਰ ਤਾਂ ਇੱਥੇ ਤੁਹਾਡੇ ਮਹਿਫਲ ਲੱਗਦੇ ਹੋਗੇ ਹਾਂਜੀ ਨਹੀਂ ਜਿੱਥੇ ਚੁੱਪ ਚੀਥੇ ਕੰਮ ਕਰੀਦਾ ਹਾਂ ਹਾਂਜੀ ਅੱਛਾ ਇੱਥੇ ਸਭ ਕੋ ਗਾ ਕੇ ਨਹੀਂ ਬਾਇਆ ਕਰੋ ਸਭ ਕੋ ਗਾ ਕੇ ਵਧੀਆ ਨਹੀਂ ਹੁੰਦਾ ਨਹੀਂ ਜੀ ਕੰਮ ਤੋਂ ਆਈਦਾ ਚੁੱਪਚੀ ਤੇ ਕੰਮ ਕਰਕੇ ਫਿਰ ਕਰੇ ਹਾਂਜੀ ਅੱਛਾ ਮਤਲਬ ਭਣੀ ਜੇ ਮੇਰੇ ਹੁਣ ਥੋੜਾ ਡ੍ਰੀਮ ਹੈਗਾ ਤੁਸੀਂ ਵੀ ਸਿੰਗਰ ਬੰਨਾ ਹਾਂਜੀ ਤਾਂ ਅਗਲੇ ਪਾਸੇ ਫਿਊਚਰ ਕੀ ਨੇ ਹੁਣ ਗਾਂ ਤੁਹਾਡੇ ਫਿਊਚਰ ਇਹੀ ਹੈ ਕਿ ਮੈਂ ਆਪਣੇ ਮਾਪੇ ਨੂੰ ਇਸ ਜ਼ਿੰਦਗੀ ਦੇ ਵਿੱਚੋਂ ਕੱਢਾਂ ਗਰੀਬੀ ਦੇ ਹਾਂਜੀ ਅੱਛਾ ਯਾਰ ਹੁਣ ਜਿਵੇਂ ਪੱਠੇ ਤੇ ਕੰਮ ਕਰਦੇ ਹੋ ਇਟਾਂ ਦਾ ਸਿਆਜ ਇਟਾਂ ਦਾ ਕੰਮ ਬੰਦ ਹੋ ਜਾਂਦਾ ਠੰਡ ਹੋਣ ਕਰਕੇ ਫਿਰ ਉਦੋਂ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਫਿਰ ਇਦਾਂ ਹੀ ਦਿਹਾੜੀ ਇਸਤਰੀ ਨਾਲ ਜੇ ਇਤਾਂ ਮਤਲਬ ਕਿ ਕੰਮ ਕਰਨਾ ਚੱਲੇ ਕੋਈ ਤੇ ਫਿਰ ਇਦਾਂ ਹੀ ਇਸਤਰੀ ਨਾਲ ਚੱਲ ਜਾਈਦਾ ਦਿਹਾੜੀ ਹਾਂਜੀ ਅੱਛਾ ਇੰਸਟਾਗ੍ਰਾਮ ਦਾ ਕਰੇਜ਼ ਹੈਗਾ ਕਿੰਨਾ ਗਲੂਸ ਕਰਦੇ ਹੋ ਉਹ ਘੱਟ ਵੱਦੀ ਹੂੰ ਸੋ ਬਿਲਕੁਲ ਜੀ ਅਜਾਇਹਾ ਹੁਣ ਤਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਪਰ ਜੀ ਆਪਾਂ ਅੱਜਕੱਲ ਇੰਸਟਾਗ੍ਰਾਮ ਤੇ ਜ਼ਿਕਰ ਕਰੀਏ ਤਾਂ ਅੱਜਕੱਲ ਮੈਂ ਕਹਣਾ ਵੀ ਕੱਪੜੇ ਪਾ ਕੇ ਆਪਣੇ ਸਰੀਰ ਨੂੰ ਵੇਚਿਆ ਤਾਂ ਬਹੁਤ ਜਾਂਦਾ ਹੈ ਪਰ ਜਿਹੜੇ ਬੰਦੇ ਅੰਦਰ ਹੁਨਰ ਔਰ ਕਲਾ ਹੈਗੀ ਉਹਨਾਂ ਦੇ ਕੋਲੇ ਫੋਨ ਨਹੀਂ ਹੁੰਦੇ ਔਰ ਉਹਨਾਂ ਦੇ ਕੋਲੇ ਅਜਿਹੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਵੀ ਉਹ ਲੋਕਾਂ ਤੱਕ ਅਪਰੋਚ ਕਰ ਸਕਣ ਉਹ ਉਹੀ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਫੋਨ ਜਾਂ ਪੈਸਾ ਹੋਵੇ ਜਿਨ੍ਹਾਂ ਜਿਹੜੇ ਪਹਿਲਾਂ ਹੀ ਪਾਪੂਲਰ ਨੇ ਉਹੀ ਇੰਸਟਾਗ੍ਰam ਤੇ ਫੇਰ ਦੁਬਾਰਾ ਉਹ ਉਸ ਦੌੜ ਦੇ ਵਿੱਚ ਲੱਗ ਜਾਂਦੇ ਨੇ ਪਰ ਜਿਨ੍ਹਾਂ ਦੇ ਅੰਦਰ ਹੁਨਰ ਔਰ ਕਲਾ ਹੁੰਦੀ ਉਹ ਅੱਜ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਪੰਜਾਬ ਦੇ ਵਿੱਚ ਦਰਦਾਰ ਦੀਆਂ ਠੋਕਰਾਂ ਖਾਂ ਲਈ ਹੁਨਰ ਅੱਜ ਵੀ ਤੁਰਿਆ ਫਿਰਦਾ ਪਰ ਉਹਨੂੰ ਕੋਈ ਸਾਂਭਣ ਵਾਲਾ ਨਹੀਂ ਹੈਗਾ ਸੋ ਕੋਸ਼ਿਸ਼ ਕਰਦੇ ਹੁੰਨੇ ਆ ਅਜਿਹੇ ਜਿਹੜੇ ਨੌਜਵਾਨ ਨੇ ਉਹਨੂੰ ਥੋੜੇ ਰੂਬਰੂ ਪੇਸ਼ ਕੀਤਾ ਜਾਵੇ ਔਰ ਤੁਹਾਡੀਆਂ ਆਸਾਂ ਉਮੀਦਾਂ ਤੇ ਉਹ ਨੌਜਵਾਨ ਪੂਰੇ ਉੱਤਰਨ ਔਰ ਉਹਨੂੰ ਅੱਗੇ ਲੈ ਕੇ ਆਈਏ ਔਰ ਇਸੇ ਤਰ੍ਹਾਂ ਇਹ ਉਹ ਜਿਹੜੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਨੇ ਸੋ ਸਾਰਿਆਂ ਦਾ ਧੰਨਵਾਦ ਜੇ ਨੂੰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂ